ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਹੈ ਔਰ ਪੂਰੀ ਦੁਨੀਆ 'ਚ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ ਖਾਸ ਤੌਰ 'ਤੇ ਜੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੀ ਇੱਕ ਨਜ਼ਰ ਸੀ ਕਿ ਕਰਤਾਰਪੁਰ ਕੋਰੀਡੋਰ ਇਸ 550 ਸਾਲਾਂ ਨੂੰ ਸਮਰਪਿਤ ਦੋਵੇਂ ਸਰਕਾਰਾਂ ਖੋਲ੍ਹਣਗੀਆਂ ਔਰ ਉਹ ਅੱਜ 9 ਤਰੀਕ ਦਾ ਉਹ ਖੁੱਲ੍ਹ ਚੁੱਕਾ ਲੇਕਿਨ ਮੈਂ ਇਹ ਦੱਸਣਾ ਬਹੁਤ ਜ਼ਰੂਰੀ ਸਮਝਾਂਗਾ ਕਿਉਂਕਿ ਜਗਬਾਣੀ TV ਲਗਾਤਾਰ ਆਪਣੀ ਦਰਸ਼ਕਾਂ ਨੂੰ ਇੱਕ ਮੈਸੇਜ ਦਿੰਦਾ ਆ ਰਿਹਾ ਕਿ ਜਿਹੜਾ ਕਰਤਾਰਪੁਰ ਕੋਰੀਡੋਰ 'ਤੇ ਜਾਂ ਕਰਤਾਰਪੁਰ ਦਰਸ਼ਨ ਸਥਲ ਦਰਸ਼ਨ ਕਰਨ ਲਈ ਜਿਹੜੀ ਸੰਗਤ ਜਾ ਰਹੀ ਹੈ ਔਰ ਜਾਣ ਦੀ ਚਾਹਵਾਨ ਜਿਹੜੀ ਨਤਮਸਤਕ ਹੋਣਾ ਚਾਹੁੰਦੀ ਹੈ ਉਹ ਕੁਛ ਰੂਲਸ ਨੂੰ ਜਿਹੜੇ ਰੂਲਸ ਇੱਕ ਤੈਅ ਕੀਤੇ ਗਏ ਨੇ ਜਿਹੜੇ ਐਗਰੀਮੈਂਟ ਵਿੱਚ ਤੈਅ ਕੀਤੇ ਗਏ ਦੋਵੇਂ ਦੇਸ਼ਾਂ ਦੇ ਉਹ ਰੂਲਸ ਨੂੰ ਅਪਲਾਈ ਕਰਨ ਔਰ ਤਾਂ ਹੀ ਉਹ ਜਾ ਪਾਣਗੇ ਲੇਕਿਨ ਇੱਥੇ ਮੁੱਖ ਜਿਹੜੀ ਅੱਜ ਮੁਸ਼ਕਲ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ 9 ਤਰੀਕ ਤੋਂ ਖੁੱਲ੍ਹਣ ਤੋਂ ਬਾਅਦ 10 ਤਰੀਕ ਨੂੰ ਇਹ ਲਾਂਘਾ ਸੰਗਤ ਲਈ ਖੋਲ੍ਹਿਆ ਗਿਆ ਸੀ ਔਰ ਉਸ ਦਿਨ ਤੋਂ ਹੀ ਇੱਕ ਮੁਸ਼ਕਲ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਜਿਹੜੀ ਸੰਗਤ ਇੱਥੇ ਆ ਰਹੀ ਹੈ ਰੋਜ਼ ਹੀ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਦੂਰ ਦੁਰਾਡੇ ਤੋਂ ਸੰਗਤ ਇੱਥੇ ਆਮਦ ਹੋਈ ਹੈ ਔਰ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਇੱਕ ਦੁਚੁੱਤੀ ਹੈ ਇੱਕ ਉਹਨਾਂ 'ਚ ਦੁਵਿਧਾ ਕਿ ਉਹਨਾਂ ਨੂੰ ਸ਼ਾਇਦ ਜਿਹੜੀ ਦਰਸ਼ਨ ਨੇ ਉਹ ਆਧਾਰ ਕਾਰਡ 'ਤੇ ਜਾਂ ਅਗਰ ਜੇ ਪਾਸਪੋਰਟ 'ਤੇ ਵੀ ਹੋਣੇ ਆ ਤਾਂ ਉਹਦੇ ਲਈ ਔਨਲਾਈਨ ਅਪਲਾਈ ਕਰਨ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਜਗਬਾਣੀ TV ਇਹ ਚੀਜ਼ ਆਪਣੇ ਦਰਸ਼ਕਾਂ ਨੂੰ ਸੰਗਤ ਨੂੰ ਇੱਕ ਦੱਸਣਾ ਚਾਹ ਰਿਹਾ ਕਿ ਇੱਥੇ ਬਿਨਾਂ ਰਜਿਸਟ੍ਰੇਸ਼ਨ 'ਤੇ ਜੇ ਅਗਰ ਤੁਸੀਂ ਪਾਕਿਸਤਾਨ ਨਤਮਸਤਕ ਹੋਣਾ ਚਾਹੁੰਦੇ ਹੋ ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ 'ਤੇ ਤਾਂ ਇੱਥੇ ਡਾਇਰੈਕਟਲੀ ਵਿਦਾਊਟ ਕਨਫਰਮੇਸ਼ਨ ਅਤੇ ਇੱਥੇ ਨਾ ਪਹੁੰਚੋ ਤਾਂ ਕਿ ਇੱਥੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਨਾ ਪਵੇ ਕਿਉਂਕਿ ਇੱਕ ਕੰਡੀਸ਼ਨ ਜਿਹੜਾ ਐਗਰੀਮੈਂਟ ਦੋ ਦੇਸ਼ਾਂ ਦਾ ਹੋਇਆ ਉਹਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਸਭ ਤੋਂ ਪਹਿਲੇ ਕੋਈ ਵੀ ਇੰਡੀਅਨ ਜਾਂ NRI ਜਿਹੜਾ ਵੀ ਕੋਈ ਜਾਣ ਦਾ ਚਾਹਵਾਨ ਹੈ ਉੱਥੇ ਪਾਕਿਸਤਾਨ ਨਤਮਸਤਕ ਕੇ ਕਰਤਾਰਪੁਰ ਕੋਰੀਡੋਰ ਨੂੰ ਯੂਜ਼ ਕਰਨਾ ਚਾਹੁੰਦਾ ਤਾਂ ਉਸ ਨੂੰ ਇੱਕ ਇੰਡੀਆ ਦੇ ਬਣਾਏ ਹੋਏ ਇੰਡੀਅਨ ਗਵਰਨਮੈਂਟ ਦੇ ਬਣਾਏ ਹੋਏ ਪੋਰਟਲ 'ਤੇ ਰਜਿਸਟਰ ਕਰਨਾ ਪਏਗਾ ਜਿੱਥੇ ਉਹ ਇੱਕ ਕਰੀਬ 20 ਦਿਨ ਦਾ ਸਮਾਂ ਉਹ ਲੱਗੇਗਾ ਉਹਦੀ ਰਜਿਸਟ੍ਰੇਸ਼ਨ ਕਨਫਰਮ ਹੋਣ 'ਤੇ ਔਰ ਜਿਹੜੀ ਇੱਕ ਤਰੀਕ ਜਿਹੜੀ ਇੱਕ ਡੇਟ ਜਿਹੜੀ ਉਹ ਮੈਂਸ਼ਨਸ ਨੇ ਔਰ ਸਲੋਟ ਨੇ ਰੋਜ਼ ਦੀ 5000 ਸੰਗਤ ਆਖੀ ਗਈ ਹੈ ਲੇਕਿਨ ਹਜੇ ਫਿਲਹਾਲ 5000 ਸੰਗਤ ਦੀ ਜਾਣ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਸੰਗਤ ਘੱਟ ਜਾ ਰਹੀ ਹੈ ਰੀਜ਼ਨ ਕੀ ਹੈ ਉਹਦੇ ਪਿੱਛੇ ਹਜੇ ਤੱਕ ਦੋਵੇਂ ਗੌਰਮੈਂਟਸ ਨੇ ਕੋਈ ਖੁਲਾਸਾ ਨਹੀਂ ਕੀਤਾ ਲੇਕਿਨ ਹਜੇ ਜੋ ਤਰੀਕ ਜਿਹੜੀ ਉੱਤੇ ਮੈਂਸ਼ਨਡ ਹੈ ਉਹ ਪਹਿਲੇ ਆਪਣੀ ਤਰੀਕ ਫਾਈਨਲਾਈਜ਼ ਕਰਨਗੇ ਕਿ ਕਿਹੜੀ ਤਰੀਕ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੈ ਉਸ ਪੋਰਟਲ ਦੇ ਉੱਤੇ ਪਾਸਪੋਰਟ ਦੀ ਮੈਂਡੇਟਰੀ ਕੰਡੀਸ਼ਨ ਹੈ ਕਿਉਂਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਆਧਾਰ ਕਾਰਡ 'ਤੇ ਇਮਰਾਨ ਖਾਨ ਦਾ ਟਵੀਟ ਆਇਆ ਕਿ ਕੋਈ ਵੀ ਵੈਦ ਜਿਹੜੀ ਆਈਡੈਂਟੀਫਿਕੇਸ਼ਨ ਦੇ ਕੇ ਤੁਸੀਂ ਜਾ ਸਕਦੇ ਹੋ ਉਹ ਹਜੇ ਤੱਕ ਲਾਗੂ ਨਹੀਂ ਹੋਈ ਦੋਵਾਂ ਦੇਸ਼ਾਂ ਦੇ ਵਿੱਚ ਕੋਈ ਰਿਟਨ ਐਗਰੀਮੈਂਟ ਨਹੀਂ ਹੋਇਆ ਇਸ ਬਾਰੇ ਮਿਨਿਸਟਰੀ ਹੋਮ ਅਫੇਅਰਸ ਭਾਰਤ ਸਰਕਾਰ ਵੱਲੋਂ ਵੀ ਇਹ ਗੱਲ ਸਾਫ਼ ਕੀਤੀ ਗਈ ਸੀ ਕਿ ਦੋ ਸਰਕਾਰਾਂ ਦੇ ਵਿੱਚ ਐਗਰੀਮੈਂਟ 'ਚ ਐਸੀ ਕੋਈ ਗੱਲ ਨਹੀਂ ਲਿਖੀ ਗਈ ਕਿ ਜਿਹਦੇ ਵਿੱਚ ਪਾਸਪੋਰਟ ਤੋਂ ਇਲਾਵਾ ਕੋਈ ਹੋਰ ਆਈਡੈਂਟੀਫਿਕੇਸ਼ਨ ਦਾ ਜ਼ਿਕਰ ਕੀਤਾ ਗਿਆ ਹੋਵੇ ਔਰ ਜੇਕਰ ਆਪਾਂ ਗੱਲ ਕਰੀਏ ਬਹੁਤ ਲੋਕਾਂ ਨੂੰ ਇੱਕ ਇਹ ਦੁਵਿਧਾ ਹੈ ਕਿ ਸ਼ਾਇਦ ਪਾਸਪੋਰਟ ਤੋਂ ਇਲਾਵਾ ਵੀ ਉਹ ਜਾ ਸਕਦੇ ਨੇ ਲੇਕਿਨ ਇਹ ਬਹੁਤ ਵੱਡਾ ਉਹਨਾਂ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਇੱਥੇ ਪਹੁੰਚ ਕੇ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲੇ ਉਹ ਵੈਬ ਪੋਰਟਲ 'ਤੇ ਪਾਸਪੋਰਟ ਤੋਂ ਬਗੈਰ ਐਂਟਰੀ ਨਹੀਂ ਹੋਏਗੀ ਪੋਰਟਲ 'ਤੇ ਜਿਵੇਂ ਹੀ ਉਹ ਪਾਸਪੋਰਟ ਨੰਬਰ ਪਾਣਗੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਪੁਲਿਸ ਵੈਰੀਫਿਕੇਸ਼ਨ ਹੋਏਗੀ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਇੱਕ ਮੇਲ ਦੇ ਜ਼ਰੀਏ ਜਾਂ SMS ਦੇ ਜ਼ਰੀਏ ਜਿਹੜਾ ਕਿ ਮੋਬਾਈਲ ਨੰਬਰ ਉਹਨਾਂ ਵੱਲੋਂ ਦਿੱਤਾ ਗਿਆ ਹੋਏਗਾ ਪੋਰਟਲ 'ਤੇ ਉਹਦੇ 'ਤੇ ਮੈਸੇਜ ਆਏਗਾ ਈਮੇਲ 'ਤੇ ETA ਫੋਰਮ ਆਏਗਾ ETA ਜਿਹੜੀ ਕਿ ਇੱਕ ਪਰਮਿਸ਼ਨ ਫੋਰਮ ਹੋਏਗਾ ਜਿਹੜਾ ਇੱਥੇ ICP 'ਚ ਲੈ ਕੇ ਆਉਣਾ ਜ਼ਰੂਰੀ ਹੋਵੇਗਾ ਅਗਰ ਉਹਨਾਂ ਕੋਲ ETA ਦੀ ਹਾਰਡ ਕਾਪੀ ਹੋਏਗੀ ਇੱਕ ਕਾਪੀ ਹੋਏਗੀ ਤਾਂ ਹੀ ਉਹ ਅੱਗੇ ਟਰੈਵਲ ਕਰ ਪਾਉਣਗੇ
ਬਗੈਰ ETA ਦੀ ਕਨਫਰਮੇਸ਼ਨ ਤੋਂ ਕੋਈ ਵੀ ਸੰਗਤ ਜਿਹੜੀ ਹੈ ਪਾਕਿਸਤਾਨ ਨਤਮਸਤਕ ਹੋਣ ਨਹੀਂ ਜਾ ਸਕਦੀ, ਚਾਹੇ ਉਹ ਗਰੁੱਪ ਦੇ ਵਿੱਚ ਵੀ ਉਹਨਾਂ ਨੇ ਅਪਲਾਈ ਕੀਤਾ ਹੋਵੇ ਤਾਂ ETA ਹਰ ਇੱਕ ਦਾ ਵੱਖੋ ਵੱਖ ਕਨਫਰਮਡ ਹੋਣਾ ਜ਼ਰੂਰੀ ਦੱਸਿਆ ਜਾ ਰਿਹਾ। ਕਿਉਂਕਿ ਇਹੀ ਕਾਰਨ ਹੈ ਕਿ ਸੰਗਤ ਜਿਹੜੀ ਹੈ ਇੱਥੇ ਚਾਹੇ ਉਹ ਦੇਸ਼ਾਂ ਤੋਂ ਆ ਰਹੀ ਹੈ, ਆਪਣੇ ਦੇਸ਼ ਤੋਂ ਆ ਰਹੀ, ਚਾਹੇ ਵਿਦੇਸ਼ਾਂ ਤੋਂ ਆ ਰਹੀ ਹੈ, ਉਹ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੀ ਹੈ। ਇਸ ਕਰਕੇ ਜਗਬਾਣੀ TV ਤੁਹਾਨੂੰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਸੰਗਤ ਨੂੰ ਇਹ ਗੱਲ ਤੋਂ ਆਗਾਹ ਕਰਨਾ ਚਾਹੁੰਦਾ ਕਿ ਕਿਸੇ ਵੀ ਐਸੇ ਮੈਸੇਜ ਤੋਂ ਬਚ ਕੇ ਰਹੋ ਕਿ ਸ਼ਾਇਦ ਇੱਥੇ ਆਧਾਰ ਕਾਰਡ ਨਾਲ ਐਂਟਰੀ ਹੈ ਜਾਂ ਕਿਸੇ ਹੋਰ ਚੀਜ਼ ਨਾਲ ਐਂਟਰੀ ਹੈ। ਫਿਲਹਾਲ ਤੱਕ ਕਿਸੇ ਵੀ ਚੀਜ਼ ਦੇ ਨਾਲ ਵਿਦਾਊਟ ਪਾਸਪੋਰਟ ਔਰ ਵਿਦਾਊਟ ਪੋਰਟਲ ਤੋਂ ਰਜਿਸਟ੍ਰੇਸ਼ਨ ਤੋਂ ਬਗੈਰ ਪਾਕਿਸਤਾਨ ਦੇ ਵਿੱਚ ਤੁਸੀਂ ਕੋਈ ਵੀ ਐਂਟਰ ਨਹੀਂ ਕਰ ਸਕਦੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬਾਣੀ TV ਲਈ ਕਰਤਾਰਪੁਰ ਕੋਰੀਡੋਰ ਤੋਂ।